ਮੋਹਣ ਲਾਲ ਜੀ ਮੈਂ ਉਹਦਾ ਨਾਮ ਲੈ ਰਿਹਾ ਹਾਂ, ਸਾਡੇ ਮਾਮਾ ਜੀ ਹਨ, ਉਹਨਾਂ ਦੇ ਪਿਤਾ ਜੀ ਸਵਰਗਿਆ ਤੁਲਸੀ ਰਾਮ ਜੀ ਮੇਰੇ ਨਾਨਾ ਜੀ ਹਨ, ਅਤੇ ਮੇਰੇ ਨਾਨੀ ਜੀ ਉਹਨਾਂ ਦੀ ਮਾਤਾ ਜੀ ਧਰਤੀ ਦੇਵੀ ਜੀ, ਜਿਨ੍ਹਾਂ ਦੀ ਪਾਲਣ ਪੋਸ਼ਣ ਸਦਕਾ, ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਇਸ ਗ੍ਰਹਿ ਵਿਖੇ ਇਹ ਸਾਰਾ ਕਾਰਜ ਹਾਲ ਹੋ ਰਿਹਾ ਹੈ, ਬੜਾ ਹੀ ਖੁਸ਼ੀ ਵਿੱਚ ਭਰਿਆ ਇਹ ਪਲ ਹੈ। ਸੋ ਮੈਂ ਨਮਨ ਕਰਦਾ ਹਾਂ ਨਾਨੀ ਜੀ ਤੁਲਸੀ ਰਾਮ ਜੀ, ਸਾਡੇ ਨਾਨਾ ਜੀ ਜਿਨ੍ਹਾਂ ਦਾ ਇਸ ਪਰਿਵਾਰ 'ਤੇ ਆਸ਼ੀਰਵਾਦ ਰਿਹਾ ਹੈ। ਉਹ ਸਮਾਂ ਜਦੋਂ ਯਾਦ ਆਉਂਦਾ ਹੈ ਤਾਂ ਕਿੰਨਾ ਨਿੱਘਾ ਉਹ ਸਮਾਂ ਹੁੰਦਾ ਸੀ, ਅੱਜ ਔਰ ਉਸ ਸਮੇਂ ਦਾ ਬਹੁਤ ਫਰਕ ਹੈ। ਉਸ ਵੇਲੇ ਇੰਨੀਆਂ ਵੋਟਰ ਗੱਡੀਆਂ ਨਹੀਂ ਹੁੰਦੀਆਂ ਸੀ, ਨਾ ਮੋਬਾਈਲ ਹੁੰਦੇ ਸੀ। ਜਦੋਂ ਕਿਤੇ ਵਿਹਾਰ ਹੋਣਾ ਤਾਂ ਇੱਕ ਇੱਕ ਹਫ਼ਤਾ 10-10 ਦਿਨ ਪਹਿਲਾਂ ਹੀ ਜਾ ਕੇ ਬੈਠੇ ਗੱਲਾਂ ਕਰੀ ਜਾਣੀਆਂ, ਕੰਮ ਕਰੀ ਜਾਣੇ। ਅੱਜ ਸਮਾਂ ਹੈ ਕਿ ਅਸੀਂ 10-15 ਮਿੰਟ ਕੱਢਣੇ ਸਾਡੇ ਲਈ ਔਖੇ ਹੋਏ ਪਏ। ਸੋ ਅੱਜ ਦੇ ਔਰ ਉਸ ਸਮੇਂ ਦਾ ਬਹੁਤ ਫਰਕ ਹੈ। ਰਾਗੀ ਸਿੰਘਾਂ ਨੇ ਵੀ ਅੱਜ ਔਰ ਉਸ ਸਮੇਂ ਦੀ ਗੱਲ ਕੀਤੀ ਹੈ ਕਿ ਉਸ ਸਮੇਂ 'ਚ ਕੀ ਸੀਗਾ ਅਤੇ ਅੱਜ ਕੀ ਹੈ। ਸੋ ਸਾਨੂੰ ਇੱਦਾਂ ਦੇ ਵਿਚਾਰਾਂ ਨੂੰ ਆਪਣੇ ਅੰਦਰ ਢਾਲ ਕੇ ਉੱਤੇ ਅਮਲ ਕਰਨਾ ਜ਼ਰੂਰੀ ਹੈ। ਸੋ ਮੈਂ ਗੱਲ ਕਰਿਆ ਸੀ ਸਾਡੇ ਮਾਮਾ ਜੀ ਜਿਨ੍ਹਾਂ ਨੇ ਦੁਬਈ ਦੇ ਵਿੱਚ 33 ਸਾਲ ਲਗਾਏ ਹਨ, ਹਲੇ ਵੀ ਉਹਨਾਂ ਦੀ ਜਿਹੜੀ ਸੇਵਾ ਉਹ ਦੁਬਈ 'ਚ ਚੱਲ ਰਹੀ ਹੈ। 33 ਸਾਲ ਤੋਂ ਬਾਅਦ ਹੁਣ ਗੌਰਮੈਂਟ ਵੀ ਰਿਟਾਇਰ ਕਰਨ ਲੱਗ ਪਈ ਆ। ਕਹਿੰਦੇ ਕਿ ਅਗਰ 33 ਸਾਲ ਦੀ ਸਰਵਿਸ ਹੋ ਜਾਵੇ ਤਾਂ ਗੌਰਮੈਂਟ ਆਪਣੇ ਆਪ ਰਿਟਾਇਰ ਕਰ ਦਿੰਦੀ ਆ। ਪਰ ਸਾਡੇ ਮਾਮਾ ਜੀ ਦੀ ਇਹ ਖਾਸੀਅਤ ਆ ਕਿ ਇਹਨਾਂ ਦੇ ਵਿੱਚ ਕੰਮ ਕਰਨ ਦੀ ਇੰਨੀ ਕਲਾ, ਇਹਨਾਂ ਨੂੰ ਕੰਪਨੀ ਛੱਡਦੀ ਨਹੀਂ ਪਈ। ਇਹਨਾਂ ਦਾ ਵਿਵਹਾਰ, ਇਹਨਾਂ ਦਾ ਪਿਆਰ ਉਹਨਾਂ ਨਾਲ ਇੰਨਾ ਬਣਿਆ ਹੋਇਆ ਹੈ। ਅਸੀਂ ਦੁਆ ਕਰਦੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਮਹਾਰਾਜ ਜੀ ਇਹਨਾਂ ਦੀ ਤੰਦਰੁਸਤੀ ਹਮੇਸ਼ਾ ਹੀ ਇਸੇ ਤਰ੍ਹਾਂ ਬਣਾਈ ਰੱਖਣ, ਅਤੇ ਜਿੱਥੇ ਵੀ ਇਹ ਕੰਮ ਕਰਦੇ ਹਨ, ਜਿਸ ਵੀ ਕੰਪਨੀ 'ਚ ਇਹਨਾਂ ਦਾ ਪਿਆਰ ਸਤਿਕਾਰ ਹੈ, ਉਹ ਇਸ ਤਰ੍ਹਾਂ ਬਣਿਆ ਰਹੇ। ਗੁਰੂ ਮਹਾਰਾਜ ਜੀ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ। ਉਹਨਾਂ ਦੇ ਧਰਮ ਪਤਨੀ ਮੇਰੇ ਮਾਮੇ ਜੀ ਨਛੱਤਰ ਕੌਰ, ਜਿਨ੍ਹਾਂ ਨੇ ਇਸ ਪਰਿਵਾਰ ਨੂੰ ਹਮੇਸ਼ਾ ਬੰਨ ਕੇ ਰੱਖਿਆ, ਔਰ ਅੱਜ ਆਪਾਂ ਦੇਖ ਰਹੇ ਹਾਂ ਕਿ ਮਹਿਲ ਉਸ ਸੱਸੂ ਦੀ ਕਿਰਪਾ ਸਦਕਾ ਬਣੇ ਹੋਏ ਹਨ। ਉਹਨਾਂ ਦਾ ਪਿਆਰ ਸਰਕਾਰ ਆਪਣੇ ਪਰਿਵਾਰ ਦੇ ਉੱਤੇ ਹਮੇਸ਼ਾ ਹੀ ਪਿਆਰ ਦੇ ਨਾਲ ਭਰਿਆ ਉਹਨੇ ਅੱਗੇ ਰੱਖਿਆ ਹੈ। ਚਾਹੇ ਉਹਨਾਂ ਦੀ ਬੱਚੀ ਹੈ, ਚਾਹੇ ਉਹਨਾਂ ਦੇ ਬੇਟੇ ਹਨ ਤਰਸੇਮ ਲਾਲ ਜੀ, ਚਾਹੇ ਪਰਮਜੀਤ ਜੀ, ਅੱਜ ਆਪਾਂ ਦੇਖਦੇ ਹਾਂ ਕਿੰਨੀ ਉਹਨਾਂ ਦੇ ਸੰਸਕਾਰਾਂ ਦੇ ਨਾਲ ਮਾਲਕ ਦੀ ਕਿਰਪਾ ਹੈ। ਇਹ ਸਾਡੇ ਮਾਮੇ ਜੀ ਨਛੱਤਰ ਕੌਰ ਜੀ ਵੱਲੋਂ ਉਹਨਾਂ ਦਾ ਪਿਆਰ ਮੂੰਹ ਬੋਲਦਾ ਹੈ। ਸੋ ਮੈਂ ਅੱਗੇ ਤਰਸੇਮ ਜੀ ਦੇ ਬੇਟੇ ਹਨ ਰਵਿੰਦਰਪਾਲ ਜੀ, ਰਵਿੰਦਰਪਾਲ ਸਿੰਘ, ਅਤੇ ਉਹਨਾਂ ਦੀ ਬੇਟੀ ਹੈ ਮਨਪ੍ਰੀਤ ਕੌਰ, ਜੋ ਅੱਛੀ ਪੜ੍ਹਾਈ ਕਰ ਰਹੇ ਹਨ ਅੱਛੇ ਸਕੂਲਾਂ ਦੇ ਵਿੱਚ। ਪਰਮਜੀਤ ਸਿੰਘ, ਉਹਨਾਂ ਦੀ ਪਤਨੀ ਬਲਵੀਰ ਕੌਰ, ਅੱਛੇ ਸੰਸਕਾਰੀ ਪਰਿਵਾਰ ਵਿੱਚੋਂ, ਦੋਨੇ ਪਰਿਵਾਰਾਂ ਵਿੱਚੋਂ ਹਨ। ਉਹਨਾਂ ਦੀ ਬੇਟੀ ਦਿਲਕਸ਼ਪ੍ਰੀਤ ਕੌਰ ਅਤੇ ਮਨਜੀਤ ਕੌਰ, ਸਾਡੇ ਮਾਮਾ ਜੀ ਦੀ ਬੇਟੀ, ਉਹਨਾਂ ਦੇ ਪਤੀ ਜੋ ਇਸ ਵੇਲੇ ਦੁਬਈ ਦੇ ਵਿੱਚ ਕੁਲਵੀਰ ਨਗਾਹ ਜੀ, ਉਹਨਾਂ ਨੂੰ ਇਸ ਪ੍ਰੋਗਰਾਮ ਦੀਆਂ ਕੁਛ ਝਲਕੀਆਂ ਭੇਜੀਆਂ ਹਨ, ਉਹ ਮਿਸ ਕਰ ਰਹੇ ਹਨ ਇਸ ਪ੍ਰੋਗਰਾਮ ਨੂੰ। ਭੈਣ ਮਨਜੀਤ ਕੌਰ ਵੀ ਇਸ ਪ੍ਰੋਗਰਾਮ ਵਿੱਚ ਜ਼ਰੂਰੀ ਰੁਝੇਵਾਂ ਕਰਕੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਐਜ਼ ਏ ਕੋਆਰਡੀਨੇਟਰ, ਉਹਨਾਂ ਨੂੰ ਛੁੱਟੀ ਨਹੀਂ ਮਿਲੀ। ਉਹ ਇਸ ਵੇਲੇ ਟਾਂਡਾ ਵਿਖੇ ਪੇਪਰ ਪਵਾ ਰਹੇ ਹਨ ਅਤੇ ਉਹਨਾਂ ਦੀ ਜਿਹੜੀ ਡਿਊਟੀ ਹੈ ਉੱਥੇ ਸਪੈਸ਼ਲ ਲੱਗੀ ਹੋਈ, ਇਸ ਕਰਕੇ ਇਸ ਪ੍ਰੋਗਰਾਮ ਵਿੱਚ ਉਹ ਰਾਤੀ ਹਾਜ਼ਰੀ ਲਾ ਕੇ ਚਲੇ ਗਏ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਵਰਗੀਆ ਚਰਨਦਾਸ ਜੀ, ਸਵਰਗੀਆ ਸਵਰਨਚੰਦ ਜੀ, ਜਿਹੜੇ ਸਾਡੇ ਮਾਮਾ ਜੀ ਦੇ ਵੱਡੇ ਮੇਰੇ ਸਨ, ਦੋਏ ਉਹ ਸਾਡੇ ਵਿਚਕਾਰ ਨਹੀਂ ਹਨ, ਉਹਨਾਂ ਨੂੰ ਵੀ ਅਸੀਂ ਨਮਨ ਕਰਦੇ ਹਾਂ। ਔਰ ਸਾਡੇ ਵੱਡੇ ਮਾਮਾ ਜੀ ਜਰਨੈਲ ਸਿੰਘ ਜੀ ਲੁਧਿਆਣੇ ਤੋਂ ਸਾਡੇ ਵਿਚਕਾਰ ਪਹੁੰਚੇ ਹਨ, ਹੋਏ ਹਨ, ਉਹਨਾਂ ਨੂੰ ਵੀ ਨਮਨ ਕਰਦੇ ਹਾਂ। ਸੋ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਸੁਲੱਖਣੀ ਘੜੀ ਦੀਆਂ ਔਰ ਸਾਰੀਆਂ ਸੰਗਤਾਂ ਨੂੰ, ਗੁਰੂ ਦੇ ਚਰਨਾਂ ਵਿੱਚ ਬੈਠੀਆਂ ਨੂੰ, ਇੱਕ ਵਾਰ ਫਿਰ ਧੰਨਵਾਦ ਵੱਲੋਂ
ਸਾਰਿਆਂ ਨੂੰ ਜੀਆਂ ਨੂੰ ਕਿਹਾ ਜਾਂਦਾ ਹੈ, ਉਹ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ। ਔਰ ਦੋਨੇ ਹੱਥ ਬੰਨ ਕੇ ਬੇਨਤੀ ਹੈ, ਕਿਸੇ ਨੇ ਵੀ ਲੰਗਰ ਛੱਕੇ ਬਿਨਾਂ ਨਹੀਂ ਜਾਣਾ, ਸਾਰਿਆਂ ਨੇ ਲੰਗਰ ਛੱਕ ਕੇ ਹੀ ਜਾਣਾ ਹੈ। ਇੱਥੇ ਹੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਰਭੈ ਸਤਿਗੁਰਦਾਸ ਮਹਾਰਾਜ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।